ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਪਰੋਸਿਆ ਜਾ ਰਿਹਾ ਪਾਣੀ। ਰੋਜ਼ਗਾਰ ਨੇੜੇ ਬਣੇ ਪਾਣੀ ਦੇ ਟੈਂਕਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਿੱਟੀ ਭਰੀ ਹੋਈ ਹੈ ਅਤੇ ਨਹਿਰ ਦੀ ਬੰਦੀ ਕਾਰਨ ਇਹ ਮਿੱਟੀ ਹੁਣ ਬਾਹਰ ਦਿਖਾਈ ਦੇਣ ਲੱਗ ਗਈ ਹੈ। ਇਹਨਾਂ ਟੈਂਕਾਂ ਦੇ ਵਿੱਚ ਕਾਫੀ ਗੰਦ ਫੂਸ ਦਿਖਾਈ ਦੇ ਰਿਹਾ ਹੈ ਅਤੇ ਨੇੜੇ ਰਹਿੰਦੇ ਲੋਕਾਂ ਦਾ ਕਹਿਣਾ ਕਿ ਇਹ ਟੈਂਕ ਕਾਫੀ ਲੰਮੇ ਟਾਈਮ ਤੋਂ ਅਸੀਂ ਕਦੇ ਸਾਫ਼ ਹੁੰਦੇ ਨਹੀਂ ਦੇਖੇ। ਕੁਝ ਲੋਕਾਂ ਦਾ ਕਹਿਣਾ ਕਿ ਅਸੀਂ 85 ਵੇਲੇ ਦੇ ਇੱਥੇ ਰਹਿ ਰਹੇ ਹਾਂ ਪਰ ਅਸੀਂ ਅੱਜ ਤੱਕ ਇਹਨਾਂ ਟੈਂਕਾਂ ਦੀ ਸਫਾਈ ਹੁੰਦੀ ਕਦੇ ਵੀ ਨਹੀਂ ਦੇਖੀ। ਉੱਧਰ ਮਹਿਕਮੇ ਦੇ SDO ਦਾ ਕਹਿਣਾ ਹੈ ਕਿ ਅਸੀਂ ਨਗਰ ਨਿਗਮ ਨੂੰ ਲਿਖ ਕੇ ਦੇ ਦਿੱਤਾ ਹੈ ਅਤੇ ਇਹ ਉਹਨਾਂ ਦਾ ਕੰਮ ਹੈ ਸਫਾਈ ਕਰਾਉਣਾ, ਜਦੋਂ ਟੈਂਡਰ ਹੋਵੇਗਾ ਅਸੀਂ ਸਫਾਈ ਕਰਵਾ ਦੇਵਾਂਗੇ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਹਨਾਂ ਪਾਣੀ ਦੇ ਟੈਂਕਾਂ ਵਿੱਚ ਕਾਫੀ ਜ਼ਿਆਦਾ ਮਿੱਟੀ ਭਰੀ ਹੋਈ ਹੈ ਜੋ ਤੁਹਾਡੇ ਘਰਾਂ ਦੇ ਵਿੱਚ ਪਾਣੀ ਦੇ ਵਿੱਚ ਇਹ ਸਭ ਕੁਝ ਆ ਰਿਹਾ ਹੈ। ਦੇਖੋ ਪਾਣੀ ਦੇ ਵਿੱਚ ਕਿਸ ਤਰ੍ਹਾਂ ਗੰਦ ਪਿਆ ਦਿਖਾਈ ਦੇ ਰਿਹਾ ਹੈ। ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਬਠਿੰਡਾ ਦੇ ਰੋਜ਼ਗਾਰਡ ਦੀ ਬੈਕ ਸਾਈਡ 'ਤੇ ਬਣੇ ਪਾਣੀ ਵਾਲੇ ਟੈਂਕਾਂ ਦੀਆਂ ਜਿੱਥੋਂ ਸਾਰੇ ਸ਼ਹਿਰ ਨੂੰ ਪਾਣੀ ਸਪਲਾਈ ਹੁੰਦਾ ਹੈ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਗੰਦਾ ਪਾਣੀ ਪੈ ਕੇ ਝੱਗ ਬਣ ਰਹੀ ਹੈ ਇੱਥੇ ਪਾਣੀ ਦੇ ਅੰਦਰ। ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਿਸ ਤਰ੍ਹਾਂ ਅੰਦਰ ਕਾਈ ਜੰਮੀ ਹੋਈ ਹੈ ਅਤੇ ਸਫਾਈ ਕਿਸੇ ਵੀ ਤਰ੍ਹਾਂ ਦੀ ਨਹੀਂ ਹੋ ਰਹੀ। ਨੇੜੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਕਿ ਅਸੀਂ ਇੱਥੇ ਕੁਝ ਹੈਂਡ ਪੰਪ ਲਗਵਾਏ ਹੋਏ ਹਨ ਜਿੱਥੇ ਅਸੀਂ ਪਾਣੀ ਤਾਂ ਉੱਥੋਂ ਹੀ ਪੀਂਦੇ ਹਾਂ, ਇਹ ਪਾਣੀ ਬਿਲਕੁਲ ਵੀ ਪੀਣ ਯੋਗ ਨਹੀਂ ਹੈ। ਸਵੇਰੇ ਜਦੋਂ ਅਸੀਂ ਜੌਗਰ ਪਾਰਕ ਵਿੱਚ ਸੈਰ ਕਰਨ ਜਾਂਦੇ ਹਾਂ ਤਾਂ ਸੀਵਰ ਦੇ ਪਾਣੀ ਵਰਗੀ ਸਮੈਲ ਆਉਂਦੀ ਹੈ ਇਸ ਪਾਣੀ ਦੇ ਵਿੱਚੋਂ। ਇਸ ਕਰਕੇ ਅਸੀਂ ਕੋਈ ਵੀ ਨੇੜੇ ਰਹਿਣ ਵਾਲਾ ਇਸ ਤੋਂ ਪਾਣੀ ਨਹੀਂ ਪੀਂਦਾ, ਸਿਰਫ ਕੱਪੜੇ ਧੋਣ ਜਾਂ ਹੋਰ ਫਰਸ਼ਾਂ ਧੋਣ ਦੇ ਕੰਮ ਲਈ ਆਉਂਦਾ ਇਹ ਪਾਣੀ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਕਾਈ ਜੰਮੀ ਹੋਈ ਹੈ, ਇਹੀ ਸਾਰਾ ਪਾਣੀ ਤੁਹਾਡੇ ਘਰਾਂ ਦੇ ਵਿੱਚ ਆਉਂਦਾ ਹੈ। ਤੁਹਾਨੂੰ ਦਿਖਾ ਰਹੇ ਹਾਂ ਇਹ ਬਠਿੰਡਾ ਦੇ ਰੋਜ਼ ਗਾਰਡਨ ਦੀ ਬੈਕ ਸਾਈਡ 'ਤੇ ਬਣੇ ਵਾਟਰ ਟੈਂਕਾਂ ਦੀਆਂ ਤਸਵੀਰਾਂ, ਜਿੱਥੇ ਦੇਖ ਲਓ ਇੱਥੇ ਹੀ ਜੌਗਰ ਪਾਰਕ ਵਿਖੇ ਲੋਕਾਂ ਨੇ ਨਲਕੇ ਲਗਾਏ ਹੋਏ ਨੇ ਅਤੇ ਲੋਕ ਇੱਥੋਂ ਪਾਣੀ ਭਰ ਭਰ ਲਿਜਾਂਦੇ ਨੇ ਆਪਣੇ ਪੀਣ ਲਈ। ਤੁਹਾਨੂੰ ਦਿਖਾ ਰਹੀ ਹਾਂ ਇਹ ਬਠਿੰਡਾ ਦੇ ਜੌਗਰ ਪਾਰਕ ਦੀਆਂ ਵਾਟਰ ਟੈਂਕ ਦੇ ਬਿਲਕੁਲ ਨੇੜੇ ਹੀ ਇਹ ਨਲਕੇ ਲੱਗੇ ਹੋਏ ਨੇ ਜਿੱਥੋਂ ਪਾਣੀ ਭਰਦੇ ਨੇ। ਕੀ ਕਹਿੰਦੇ ਨੇ ਸਥਾਨਕ ਲੋਕ, ਆਓ ਸੁਣਾਉਂਦੇ ਉਹਨਾਂ ਦੀ ਜ਼ੁਬਾਨੀ। ਪਾਣੀ ਦੀ ਥਾਂ ਤੇ ਗਾਰ ਬਣੀ ਹੋਈ, ਕਦੇ ਕੋਈ ਆਇਆ ਕੋਈ ਕਰਮ ਤੇ ਕੋਈ ਨਹੀਂ ਕਰਦਾ, ਵੇਖਣ ਵੀ ਨਹੀਂ ਆਇਆ ਕਦੇ। ਮੱਛਰ ਇੰਨਾ ਜ਼ਿਆਦਾ ਵੀ ਕੋਈ ਖੜ ਵੀ ਨਹੀਂ ਸਕਦਾ। ਜੋਗਰ ਪਾਰਕ ਤਾਂ ਕਿਹੜਾ ਹੈ ਜੀ ਇਹ, ਅਤੇ ਅੱਗੇ ਵੀ ਬਹੁਤ ਜ਼ਿਆਦਾ ਫੋਟੋ ਖਿੱਚੀ ਲੈ ਕੇ ਗਏ ਆ, ਫੋਟੋ ਆਈਆਂ ਵੀ ਆ ਨਿਊਜ਼ ਪੇਪਰ 'ਚ, ਪਰ ਕੋਈ ਇੱਧਰ ਧਿਆਨ ਨਹੀਂ ਹੈਗਾ ਕਮੇਟੀ ਵਾਲਾ। ਹੁਣ ਪਾਣੀ ਹੈ ਨਹੀਂ ਇੱਥੇ, ਹੁਣ ਪਾਣੀ ਹੈ ਹੀ ਨਹੀਂ ਜੀ, ਬਿਲਕੁਲ ਵੀ ਆਉਂਦਾ ਹੀ ਪਿਆ, ਪੀਣ ਵਾਲਾ ਵੀ ਨਹੀਂ ਆਉਂਦਾ ਪਿਆ, ਇੰਨਾ ਮੁਸ਼ਕਿਲ ਆ ਰਹੀ ਹੈ। ਮੇਰਾ ਨਾਮ ਸਰਨਮ ਬੇਗਮ ਹੈ। ਹਾਂਜੀ, ਅਤੇ ਮੇਰੇ ਕੋਲ ਯਹਾਂ ਪੇ 10 ਸਾਲ ਹੋ ਗਏ ਆਏ, ਮੈਨੇ ਕਭੀ ਝੀਲ ਕੀ ਸਫਾਈ ਨਹੀਂ ਦੇਖੀ, ਇਤਨੀ ਮਿੱਟੀ ਭਰੀ ਹੋਈ ਹੈ, ਕੋਈ ਸਫਾਈ ਨਹੀਂ ਹੋਤਾ, ਯਹਾਂ ਮੱਛਰ ਇਤਨਾ ਪੈਦਾ ਹੋਤਾ ਹੈ ਯਹਾਂ ਪੇ। ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ? ਬਹੁਤ ਗੰਦ ਹਾਲਾਤ ਨੇ, ਬਹੁਤ ਜ਼ਿਆਦਾ, ਖਾਲ ਕੀ ਵੀ ਸਫਾਈ ਨਹੀਂ ਹੋਤੀ, ਦੇਖੋ ਕਿਤਨਾ ਗੰਦ ਖਾਣਾ ਮਿਲਦਾ, ਅਤੇ ਅਸੀਂ ਸਫਾਈ ਕਰਵਾਓ ਯਹਾਂ ਪੇ, ਅਸੀਂ ਰਹਿਤੇ ਹੈ, ਬੱਚੇ ਹੈ ਛੋਟੇ ਛੋਟੇ, ਇਸਕੋ ਸਫਾਈ ਕਰਵਾਓ, ਨਾਲੇ ਹਮ ਲੋਕ ਕਾ ਕੰਪਲੇਂਟ ਦਿੱਤੀ ਗਈ ਹੈ। ਨਹੀਂ, ਹਮਨੇ ਤਾਂ ਨਹੀਂ ਕਰਾ। ਕੀ ਨਾਂ ਤੁਹਾਡਾ? ਹਾਂਜੀ, ਕੀ ਨਾਮ ਹੈ ਜੀ? ਬਲਵੀਰ ਸਿੰਘ ਜੀ। ਹਾਂਜੀ, ਕੀ ਕਹਿਣਾ ਚਾਹੁੰਗੇ ਜਿਹੜੇ ਪਾਣੀ? ਦੇਖ ਲਓ ਜੀ, ਝੀਲਾਂ ਦਾ ਹਾਲ ਤੁਸੀਂ ਇੱਥੇ ਵੀ ਕਿੰਨਾ ਕਿੰਨਾ ਦੇ ਵਿੱਚ ਗੰਦ ਪਿਆ, ਮਿੱਟ ਪਿਆ ਗਿਆ, ਇਹਦੇ ਵਿੱਚ ਇਹ ਪਾਣੀ ਪੀਣ ਵਾਸਤੇ ਘਰਾਂ ਦੇ ਵਿੱਚ ਭੇਜਦੇ ਆ ਇਹ, ਅਤੇ ਜਿਹੜਾ ਕਿ ਪਾਣੀ ਕੱਪੜੇ ਧੋਣ ਦੇ ਲਈ ਵੀ ਨਹੀਂ ਹੁੰਦਾ ਗਾ, ਇੱਥੇ ਲੋਕ ਪੀਂਦੇ ਇਸ ਪਾਣੀ ਨੂੰ। ਆਮ ਬੰਦਾ ਤਾਂ ਸਰਦਾ ਵਰਦਾ ਤਾਂ ਜੀ ਆਰੋ ਪੀ ਲੂ, ਲਾ ਕੇ ਹੋਰ ਕੁਛ ਕਰ ਲੂਗਾ, ਗਰੀਬ ਬੰਦਾ ਤਾਂ ਇਹੀ ਪਾਣੀ ਪੀਊਗਾ ਜੀ। ਦੇਖ ਲਓ ਫਿਰ ਸਿਹਤ ਕਿਹੋ ਜਿਹੀ ਹੋਊਗੀ ਇਸ ਨੂੰ ਪਾਣੀ ਨੂੰ ਪੀ। ਹੁਣ ਪਾਣੀ ਦੀ ਥਾਂ 'ਤੇ ਕੀ ਕੁਛ ਹੈਗਾ? ਹੁਣ ਮਿੱਟੀ, ਗੰਦ, ਬੋਤਲਾਂ ਖਾਲੀ ਵਿੱਚ, ਹੋਰ ਕੂੜਾ, ਮਿੱਟੀ ਦਾ ਢੇਰ ਦੇਖੋ ਕਿੱਡਾ ਲੱਗਿਆ ਪਿਆ, ਉਹ ਦੇਖੋ ਤਾਂ। ਕਦੇ ਸਫਾਈ ਹੁੰਦੀ ਦੇਖੀ ਤੁਸੀਂ ਇਹਦੀ? ਨਹੀਂ ਨਹੀਂ, ਜਿੱਦਾਂ ਦੀਆਂ ਬਣੀਆਂ ਇੱਕ ਵਾਰ ਵੀ ਸਫਾਈ ਹੋਈ ਨਹੀਂ, ਕਾਗਜ਼ਾਂ 'ਚ ਹੋ ਜਾਂਦੀ ਹੋਣੀ ਆ, ਪਰ ਇੱਥੇ ਕੋਈ ਸਫਾਈ ਨਹੀਂ ਹੋਈ। ਹਾਂਜੀ, ਫਿਰ ਪਾਣੀ ਦਾ ਇੰਤਜ਼ਾਮ ਕਿਵੇਂ ਕਰਦੇ ਹੋਵੇ? ਪਾਣੀ ਬਸ ਪੀਣ ਵਾਲਾ ਲੋਕ ਆ, ਨਲਕਾ ਲੱਗਿਆ ਹੋਇਆ ਇੱਥੇ ਭਰ ਕੇ ਲੈ ਕੇ ਜਾਂਦੇ ਆ। ਇਹ ਤਕਰੀਬਨ ਰਾਤ ਨੂੰ 10 ਵਜੇ ਤਾਈਂ ਚੱਲਦਾ, ਸੁਬਹ ਤੋਂ ਲੈ ਕੇ।
पीने वाले इतों हैंड पंप तो लेके जाते हैं, तो बाकी जो है टैंकियाँ चढ़ता पानी है वो कपड़े धोते जो सीवर अपने फ्लश के काम आता। हाँ जी बाबा जी की नाम है? मेरा नाम बलबीर सिंह है जी। हाँ जी की कहना चाहोगे पानी दे किस तरह? पानी तो ऐ जी फिर झीलों जो बनाइया इन्हों का बनाने का फायदा ना आता इन्हों फायदा कि जो ना सफाई जो अज ती असी इन्हें सफाई होंगी नहीं वेखी किसी भी टाइम भी ये कुछ घा क्या हो इन्होंने गत्ते गुत्ते गंद क्या हो आके सिर्फ गेड़ा मार के मुड़ जाते नहीं पता कागजा इन्हें सफाई होंगी या नहीं होंगी पर इन अज तक ज्यों इतने आए 85 के आए हैं आ झील साढ़े होंद बनी आ वो पहला दिन बनिया अभी नहीं सफाई होंगी नहीं वेख पानी फिर किस तरह प्रबंध करते पानी का असी तकरीबन नलका अभी रल के सारे ने इतने लुआया एक नलका इतने लुआया एक उत्थे लुआया ये दो नलके असी इन्हों का पानी चेक कराया पीन दे लायक है पानी असी यही पानी पीने केड़े महल वाले केड़ा महल थोड़ा बाकी जरा यही लुआए असी रल के एक उत्थे लुआया बह पानी पीन तकरीबन तकरीबन टीवी टावर तक लैके जाते हैं टेंपू जी भर के कैन तो असी तो चलो इतने नेड़े लै जाने पानी में साढ़े वास्ते ठीक सिंह जी। हाँ जी की कहना चाहते हैं? असं एक झीलों बारे कहना चाहते हैं भी झीलों का पानी बहुत गंदा सीवरेज तो भी माड़ा होया पे तो कपड़े भी नहीं धो सकते इस पानी ना तो जे एक नलका है लगे ने दो इतने असं उन्हों तो पानी लैके जाने या आर ओ तो लैके जाने पर यह कपड़े धोने तो भी लायक नहीं रहा असं इस झीलों की कदम सफाई नहीं होंगी देखी बिल बना के पास करिए मनप्रीत दो दो तीन बार आके गया इतने तो उन्हें कदे नहीं साड़िया झीलों वाले पानी बारे सोचा बीमारियां फैलन का सानू डर है इस करके मनप्रीत आके लारा ला के मुड़ जाता है पर साड़ी गल नहीं सुनते ना मनप्रीत सुनता है ना कमेटी वाले सुनते हैं जां जिन्हां ने ठेका लिया ना वो सुनते साड़ी गल असी बहुत ही औखे हाँ जी। जी सर जिहड़े जुगरवाल ने चार टैंक है उत्थे जिहड़ा तीन नंबर ते चार नंबर टैंक है इहदी सफाई काफ़ी लंबे समय तो नहीं हुई असीं इहदा डीसिल्टिंग दा एसटीमेट बना के नगर निगम कोल भेज दित्ता हैगा अप्रूवल वास्ते उहदे फंड वगैरह मिलण तो बाद असीं जिहड़ा हैगा इहदी अगे दी कारवाई जिहड़ी है आरंभ बठिंडा सरगर्मियां देखण लई तुसीं साडे चैनल नूं सबसक्राइब करो बैल आइकन दा बटन दबाओ अते लाइक करो।